ਮਿੰਟ ਜੀ ਆਪਾਂ ਜਾਂਦੇ ਜਾਂਦੇ ਖਬਰ ਹੋਰ ਕਰ ਲਈਏ ਮੁਫਤ ਵਾਲੀਆਂ ਚੀਜ਼ਾਂ ਬਾਰੇ ਲਗਭਗ ਜੁੜੀ ਹੋਈ ਹੈ। ਇਹ ਪਹਿਲਾਂ ਕਹਿੰਦੇ ਸੀ ਕਿ ਜਿਹੜੇ ਨਜਾਇਜ਼ ਰਾਸ਼ਨ ਕਾਰਡ ਅਸੀਂ ਕੱਟਦੇ ਆ, ਹੁਣ ਕਹਿੰਦੇ ਕਿ ਅਸੀਂ ਬਣਾਉਣੇ ਆ ਭਾਈ, ਇਹ ਤਾਂ ਨਜਾਇਜ਼ ਯੂਜ਼ ਹੈ ਨਹੀਂ। ਹਾਈ ਕੋਰਟ ਕਹਿੰਦਾ ਵੀ ਸਾਨੂੰ ਦੱਸੋ ਇਹਦਾ ਕਾਰਨ ਕੀ ਹੈ, ਕਦੇ ਤੁਸੀਂ ਆਪ ਹੀ ਕਹਿੰਦੇ ਵੀ ਨਜਾਇਜ਼ ਹੈ ਅਤੇ ਬਸ ਕਦੇ ਕਹਿੰਦੇ ਚਿੜੀਓ ਨਜਾਇਜ਼। ਜਿਉਂ ਪਓ ਚਿੜੀਓ ਮਰ ਜਾਓ। ਦੇਖੋ ਗੱਲ ਕੀ ਆ ਕਿ ਇਹ ਹਰੇਕ ਸਰਕਾਰ 'ਚ ਹੋਇਆ ਜੀ। ਅਕਾਲੀਆਂ ਨੇ ਤਾਂ ਸਿੱਧਾ ਖਾਤਾ ਰੱਖਿਆ ਸੀ, ਇਹਨਾਂ ਜਿਹੜਾ ਬਣਾਉਣਾ ਚਾਹੁੰਦਾ ਬਣਾ ਲਓ, ਬਣਾ ਲਓ। ਲੰਬੀ 'ਚ ਤਾਂ ਉਹਨਾਂ ਨੇ ਕਿਹਾ ਸੀ ਦੋ ਚੀਜ਼ਾਂ ਵੀਰੇ ਕੋਈ ਨਾ ਰਹਿਓ ਜੇ, ਇੱਕ ਰਾਸ਼ਨ ਕਾਰਡ ਅਤੇ ਇੱਕ ਅਸਲਾ ਲਾਇਸੈਂਸ, ਜਿਹਨੇ ਬਣਾਉਣਾ ਬਣਾ ਲਓ, ਸਿੱਧਾ ਖਾਤਾ ਅਤੇ ਬਾਈ ਖੁੱਲ੍ਹਾ ਖਾਤਾ, ਖੁੱਲ੍ਹਾ ਖੇਡ ਫਾਰੂਕਾਬਾਦੀ। ਜੇ ਨਹੀਂ ਤਾਂ ਤੁਸੀਂ ਦੱਸ ਦਿਓ, ਤੁਸੀਂ ਵੀ ਲੰਬੀ ਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਛੱਡਿਆ ਲੋਕਾਂ ਨੇ, ਬਿਲਕੁਲ ਉਹਨਾਂ ਨੇ ਕਿਹਾ ਜਿਹਨੇ ਬਣਾਉਣਾ ਬਣਾ ਲਓ ਜੀ, ਅਤੇ ਬਥੇਰੇ ਬੰਦਿਆਂ ਨੇ ਬਣਾਏ। ਉਹ ਮੇਰਾ ਇੱਕ ਯਾਰ ਸੀਗਾ, ਉਹ ਟੰਗੀ ਫਿਰਿਆ, ਮੈਂ ਕਿਹਾ ਤੈਨੂੰ ਕੀ ਹੋਇਆ, ਅਤੇ ਹਾਲਾਂਕਿ ਆਪਾਂ ਜੱਟਾਂ ਬਾਰੇ ਕਹਿੰਦੇ ਹੋ ਨੌਨ ਜੱਟ ਜੀ, ਅਤੇ ਉਹ ਕਹਿੰਦਾ ਬਸ ਯਾਰ ਬਣਾ ਲਿਆ ਕਿੱਥੇ, ਸੱਜਣ ਬੇਲੀ ਨੇ ਕਹਿੰਦੇ ਬਣਾ ਲਾ, ਬਣਦੇ ਆ ਬਣਦੇ ਆ, ਮੈਂ ਵਿਆਹ ਵੀ ਜਾਵਾਂਗੇ ਤਾਂ ਟਾਂਕੇ ਲੈ ਜਾਵਾਂਗਾ, ਨਸ਼ਾ ਬਾਜ ਤੇਰੇ, ਕਿੱਧਰ ਕਾਨਪੁਰੇ ਧੱਕੇ ਖਾਂਦਾ ਫਿਰਦਾ ਅਤੇ ਕਿੱਧਰੇ ਵਿਆਹ ਦੇ ਫੋਟੋਆਂ ਹੀ ਖਿਚਾਉਣੀਆਂ ਤੂੰ ਜੀ। ਮੇਰਾ ਯਾਰ ਸੀਗਾ, ਅਸੀਂ ਇਕੱਠੇ ਪੜ੍ਹੇ ਹਾਂ, ਹੈ ਵੀ ਜਿੱਦਾਂ ਕਹਿ ਲਈਏ ਕਿ ਬਾਹਮਣ ਯਾਰ ਸਾਡਾ ਹੈ, ਜੱਟ ਬਾਹਮਣ ਹੀ ਆ, ਜ਼ਮੀਨ ਵੀ ਆ, ਅਤੇ ਮੈਂ ਤੈਨੂੰ ਜਿਵੇਂ ਕਹੀਦਾ ਯਾਰ ਤੈਨੂੰ ਕੀ ਖਤਰਾ ਹੈ ਜੀ। ਉਹ ਕਹਿੰਦਾ ਮੈਂ ਟੌਰ ਟੂਰ ਯਾਰ, ਤਾਂ ਮੇਰਾ ਕੀ ਲੱਗਾ, ਬਿਲਕੁਲ ਬਣਵਾ ਤਾ ਕਿ ਸੱਜਣ ਮਿਲੇ, ਉਦੋਂ ਇਹੋ ਜਿਹਾ ਕੰਮ ਚੱਲਦੇ ਫ੍ਰੀ ਦੇ ਤੇਲ ਵਾਲਾ ਕੰਮ ਹੀ ਹੋਇਆ। ਹਾਂਜੀ, ਤਾਂ ਗੱਲ ਇਹ ਆ ਕਿ ਬਾਅਦ ਦੇ ਵਿੱਚ ਜਿਹੜੀ ਇਹ ਸਰਕਾਰ ਆਈ ਆ ਕਾਂਗਰਸ ਦੀ ਜੀ, ਤਾਂ ਇਹਨਾਂ ਨੇ ਵੀ ਇਹੋ ਕੀਤਾ, ਪਹਿਲਾਂ ਕੱਟ ਦਿੱਤੇ ਫਿਰ ਬਣਾ ਦਿੱਤੇ, ਇਹਨਾਂ ਨੇ ਵੀ ਇਹਨਾਂ ਨੇ ਤਾਂ ਕਮਾਲ ਹੀ ਕਰ ਦਿੱਤੇ, 10 ਲੱਖ ਕੱਟ ਦਿੱਤਾ। ਫਿਰ ਉਹਨਾਂ ਲੋਕਾਂ ਨੇ ਰੌਲਾ ਪਾਲਿਆ, ਉਹਨਾਂ ਕਿਹਾ ਕੋਈ ਗੱਲ ਨਹੀਂ ਆ ਜਾਓ, ਤੁਹਾਡਾ ਤਵਾਜਾ ਅਸੀਂ ਵਜਾਵਾਂਗੇ। ਬਿਲਕੁਲ, ਇਹ ਗਾਂਹ ਇਲੈਕਸ਼ਨ ਆ ਗਏ, ਲੋਕ ਸਭਾ ਵਾਲੇ ਇਲੈਕਸ਼ਨ ਆਉਣੇ ਸੀ ਜੀ, ਇਹਨਾਂ ਨੇ ਚੁੱਪ ਚੁਪੀ ਤੇ ਫਿਰ ਜੋੜ ਦਿੱਤੇ। ਹੁਣ ਹਾਈ ਕੋਰਟ 'ਚ ਪਟੀਸ਼ਨ ਚੱਲਦੀ ਸੀ ਜੀ, ਇਹਨਾਂ ਦਾ ਆਟਾ ਉਟਾ ਵੀ ਤਾਂ ਖਿਲਾ ਰਿਹਾ ਨਾ, ਕਿ ਤੁਹਾਨੂੰ ਪਤਾ ਹਾਈ ਕੋਰਟ ਨੇ ਉਹ ਵੀ ਸਕੀਮ ਤਾਂ ਫੇਲ ਹੋ ਗਈ, ਦਮ ਤੋੜ ਗਈ, ਅਤੇ ਇਹ ਬਈ ਹੁਣ ਜਾ ਕੇ ਜਵਾਬ ਦੇਣਗੇ। ਉਹ ਕਹਿੰਦੇ ਕਿ ਜੇ ਗਲਤ ਤਰੀਕੇ ਨਾਲ ਕੱਟੇ ਗਏ ਜੀ, ਤਾਂ ਬਗੈਰ ਵੈਰੀਫਿਕੇਸ਼ਨ ਤੋਂ ਫਿਰ ਸਹੀ ਕਿਵੇਂ ਪਾਏ ਗਏ, ਕਿਵੇਂ ਪਾਏ ਗਏ, ਬਿਲਕੁਲ ਗਾਣਾ ਨਹੀਂ, ਜਰਾ ਸਾਨੂੰ ਦੱਸ ਜਾ ਨਹੀਂ, ਜਰਾ ਦੱਸ ਜਾ, ਸਰਕਾਰ ਨੂੰ ਕੋਰਟ ਕਰੀ, ਜਰਾ ਦੱਸ ਜਾ ਨਹੀਂ ਸਾਨੂੰ ਦੱਸ ਜਾ। ਤਾਂ ਗੱਲ ਇਹ ਆ ਕਿ ਹੁਣ ਉੱਥੇ ਜਾ ਕੇ ਕੀ ਜਵਾਬ ਫਾਈਲ ਕਰਦੇ ਪਤਾ ਨਹੀਂ, ਜਵਾਬ ਤੋਂ ਚੇਤਾ ਆ ਕਿ ਜੇਲ੍ਹ ਵਾਲੀ ਇੰਟਰਵਿਊ ਦੇ ਮਾਮਲੇ 'ਚ ਵੀ ਅੱਜ ਇਹਨਾਂ ਨੇ 2 ਕਿ 2:30 ਵਜੇ ਜਵਾਬ ਫਾਈਲ ਕਰਨਾ ਸੀ, ਉਹਦੇ 'ਚ ਵੀ ਹੁਣ ਦੇਖਾਂਗੇ ਕਿ ਕੀ ਜਵਾਬ ਫਾਈਲ ਹੋਣ। ਜੀ ਜੀ, ਬਲਵਿੰਦਰ ਜੀ ਕਹਿ ਰਹੇ ਨੇ ਕਿ ਕੁਛ ਗਰੀਬ ਪਰਿਵਾਰਾਂ ਦੇ ਜਿਹੜੇ ਲੋੜਵੰਦ ਸੀ ਅਸਲ 'ਚ ਉਹਨਾਂ ਦੇ ਵੀ ਕੱਟੇ ਗਏ, ਅਤੇ ਲੋੜਵੰਦਾਂ ਦੇ ਤਾਂ ਨਵੇਂ ਬਣ ਵੀ ਨਹੀਂ ਰਹੇ, ਕੋਈ ਕਹਿੰਦਾ ਜੀ ਪੋਰਟਲ ਖੁੱਲ੍ਹੇਗਾ, ਕੋਈ ਕਹਿੰਦਾ ਜੀ ਪਹਿਲਾਂ ਤੁਸੀਂ ਲੇਬਰ ਕਾਰਡ ਬਣਾਓ ਜੀ, ਇਹ ਕਰੋ ਵੋ ਕਰੋ, ਜਿਹੜਾ ਲੋੜਵੰਦ ਆ ਅਸਲੀ ਉਹ ਤਾਂ ਕਤਾਰ 'ਚ ਖਲੋਤਾ ਕਿ ਕਦੋਂ ਮੇਰੀ ਵਾਰੀ ਆਊਗੀ, ਤੇਰੀ ਆਸ਼ਕਾਂ ਦੀ ਲਾਈਨ ਬੜੀ ਲੰਮੀ ਹੈ ਅਤੇ ਅਖੀਰ ਵਿੱਚ ਮੇਰੀ ਵਾਰੀ, ਉਹ ਵਿਚਾਰੇ ਦੀ ਅਖੀਰ 'ਚ ਵੀ ਨਹੀਂ ਆਉਂਦੀ। ਜੀ ਜੀ, ਗੁਰਲਾਲ ਜੀ, ਇੱਕ ਪਿੰਡ ਕੀ ਇੱਥੇ ਬਹੁਤ ਸਾਰੇ, ਲਗਭਗ ਸਾਰੇ ਪਿੰਡ ਹੀ ਸੀ ਜਿਨ੍ਹਾਂ ਨੇ ਮੌਕਾ ਦਾ ਫਾਇਦਾ ਪੂਰਾ ਉਦੋਂ ਉਠਾਇਆ। ਲੰਬੀ ਲੰਬੀ ਵਾਲਾ ਜੀ ਜੀ, ਉਹ ਹੈਗਾ ਸੀਗਾ ਜੀ, ਉਹ ਦੌਰ ਸੀਗਾ, ਬੀਤ ਗਿਆ ਜੋ ਕੱਲ ਵੋ ਦੌਰ ਨਹੀਂ ਆਏਗਾ, ਇਸ ਦਿਲ ਮੇ ਸਵਾ ਤੇਰੇ ਕੋਈ ਔਰ ਨਹੀਂ ਆਏਗਾ, ਬੀਤ ਗਿਆ ਲੰਬੀ ਵਾਲੇ, ਉਹ ਭੁੱਲ ਜਾਓ ਹੁਣ, ਭੁੱਲ ਜਾਓ ਭੁੱਲ ਜਾਓ, ਮਰ ਗਈ ਮਾਂ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਸੀਗੀ, ਬਸ ਹੁਣ ਯਾਦਾਂ ਹੀ ਰਹਿ ਗਈਆਂ ਜੀ ਜੀ, ਉਹ ਤੇ ਹੁਣ ਪ੍ਰਕਾਸ਼ ਸਿੰਘ ਬਾਦਲ ਚਲੇ ਗਏ ਸੰਸਾਰ ਤੋਂ, ਬਸ ਭੁੱਲ ਜਾਓ ਹੁਣ, ਭੁੱਲ ਜਾਓ, ਤੁਸੀਂ ਭੁੱਲ ਜਾਓ, ਬਿਲਕੁਲ ਉਹ ਦਿਨ ਕਦੇ ਨਹੀਂ ਆਉਣਾ, ਉਹ ਦੌਰ ਕਦੇ ਨਹੀਂ ਆਉਣਾ, ਉਹ ਦੌਰ ਕਦੇ ਨਹੀਂ ਆਉਣਾ।